ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੈਗੀਆਂ ਨੇ ਬੀਤੀ ਰਾਤ ਜਿਹੜੀਆਂ ਚਿੱਠੀਆਂ ਜਾਰੀ ਕਰਕੇ ਤੇ ਝੋਨੇ ਦੀ ਖਰੀਦ ਨੂੰ ਜਿਹੜਾ ਹੈਗਾ ਸੀਗਾ ਉਹ ਸ਼ੁਰੂ ਕਰਵਾਇਆ ਗਿਆ ਕਿ ਅੱਜ ਦੇ ਦਿਨ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ ਅਸੀਂ ਇਸੇ ਦੇ ਸੰਦਰਭ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ ਜਿੱਥੇ ਝੋਨਾ ਤਾਂ ਨਹੀਂ ਆਇਆ ਪਰ ਇੱਕ ਗੱਲ ਦੇਖਣ ਦੇ ਵਿੱਚ ਆਈ ਹੈ ਜੀ ਕਿ ਗੰਦਗੀ ਦਾ ਆਲਮ ਜਿਹੜਾ ਪੂਰਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਨਹੀਂ ਬਹੁਤ ਜ਼ਿਆਦਾ ਗੰਦੀ ਸਮੈਲ ਜਿਹੜੀ ਆ ਇੱਥੋਂ ਆ ਰਹੀ ਆ ਤੇ ਬਹੁਤ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਗੰਦਗੀ ਆ ਸਾਰੇ ਪਾਸੇ ਜਿਹੜਾ ਹੈਗਾ ਆ ਪੁਰਾਣੀ ਕਣਕ ਜਿਹੜੀ ਆ ਖਿਲਰੀ ਪਈ ਆ ਤੇ ਕੁਝ ਅਧੀਕ ਮੰਡੀ ਦੇ ਵਿੱਚ ਥੋੜੀ ਬਹੁਤ ਸਫਾਈ ਵੀ ਕੀਤੀ ਗਈ ਹੈ ਜੀ ਪਰ ਜੋ ਪਿਛਲੀ ਵਾਰ ਦਾ ਪਹਿਲਾਂ ਜੋ ਸਫਾਈ ਹੁੰਦੀ ਸੀਗੀ ਉਹ ਸਫਾਈ ਇਸ ਵਾਰ ਦੇਖਣ ਨੂੰ ਨਹੀਂ ਮਿਲ ਰਹੀ بارش ਦੇ ਕਰਕੇ ਜਿਹੜਾ ਪਾਣੀ ਆ ਉਹ ਭਰਿਆ ਹੋਇਆ ਕੋਈ ਵੀ ਜਿਹੜਾ ਮਜ਼ਦੂਰ ਆ ਜਾਂ ਕੋਈ ਵੀ ਸਾਨੂੰ ਇੱਥੇ ਸਫਾਈ ਕਰਦਾ ਦਿਖਾਈ ਨਹੀਂ ਦਿੱਤਾ ਤੇ ਇੱਕ ਗੱਲ ਹੋਰ ਦੇਖਣ ਚਾਹੀਏ ਜੀ ਕਿ ਜਿਹੜੀ ਪਨਸਪ ਦੀ ਕਣਕ ਸੀਗੀ ਉਹ ਵੀ ਹਾਲੇ ਇੱਥੇ ਖਰੀਦਵਾਲੀ ਜਗ੍ਹਾ ਦੇ ਉੱਪਰ ਲੱਗੀ ਹੋਈ ਆ ਜਿਹੜੀ ਕਿ ਇਹਨਾਂ ਨੇ ਪਨਸਪ ਨੇ ਐਫਸੀਆਈ ਨੇ ਚੁੱਕਣੀ ਸੀਗੀ ਪਰ ਐਫਸੀਆਈ ਨੇ ਹੁਣ ਤੱਕ ਨਹੀਂ ਚੁੱਕੀ ਜਿਸ ਦੇ ਕਾਰਨ ਇੱਥੇ ਜਿਹੜੀ ਹੈਗੀ ਆ ਪਨਸਪ ਦੀ ਜਿਹੜੀ ਆ ਕਣਕ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਕਣਕ ਦੇ ਅੰਬਾਰ ਜਿਹੜੇ ਨੇ ਉਹ ਲੱਗੇ ਹੋਏ ਨੇ ਦੋਨੋਂ ਸਾਈਡਾਂ ਤੇ ਥੋੜੇ ਹੀ ਰਹਿ ਗਏ ਨੇ ਪਰ ਜਿਹੜਾ ਹੈਗਾ ਆ ਐਫਸੀਆਈ ਵੱਲੋਂ ਇਹ ਚੁੱਕਿਆ ਨਹੀਂ ਗਿਆ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਵੀ ਜਿਹੜਾ ਹੈਗਾ ਆ ਇੱਥੇ ਵੀ ਜਿਹੜੇ ਹੈਗੇ ਨੇ ਉਹ ਕਣਕ ਲੱਗੀ ਹੋਈ ਆ ਪਰ 스멜 ਬਹੁਤ ਜ਼ਿਆਦਾ ਗੰਦੀ 스멜 ਤੇ ਬਹੁਤ ਜ਼ਿਆਦਾ ਬੁਰੀ ਹਾਲਤ ਜਿਹੜੀ ਆ ਇੱਥੇ ਅੱਜ ਦੇਖਣ ਨੂੰ ਮਿਲੀ ਆ ਅੱਧੀ ਤੋਂ ਵੱਧ ਮੰਡੀ ਦੇ ਵਿੱਚ ਜਿਸ ਤੋਂ ਇਹ ਸਹਿਜੇ ਅਨੁਮਾਨ ਲਗਾਇਆ ਜਾ ਸਕਦਾ ਕਿ ਇਸ ਵਾਰੀ ਜਿਹੜੇ ਮੰਡੀ ਦੇ ਜਿਹੜੇ ਅਫਸਰ ਸੀਗੇ ਉਹਨਾਂ ਵੱਲੋਂ ਮੰਡੀ ਵੱਲ ਤਹਾਨ ਨਹੀਂ ਦਿੱਤਾ ਗਿਆ ਜਿਹਦੇ ਕਾਰਨ ਜਿਹੜਾ ਹੈਗੀ ਆ ਇਹ ਹਾਲਾਤ ਆ ਚੋਨਾ ਨਹੀਂ ਆਇਆ ਉਹ ਗੱਲ ਵੱਖਰੀ ਹੈ ਜੀ ਪਰ ਜੇ ਕੱਲ ਨੂੰ ਜਾਂ ਅੱਜ ਹੀ ਚੋਨਾ ਆ ਜਾਂਦਾ ਤਾਂ ਇੱਥੇ ਖਰੀਦੇ ਦੇ ਸ਼ਾਇਦ ਪੁਖਤਾ ਪ੍ਰਬੰਧ ਨਹੀਂ ਹੈ ਸੀਗੇ ਇਹਦੇ ਨਾਲ ਨਾਲ ਅਸੀਂ ਦੇਖਾਂਗੇ ਕਿ ਪਾਣੀ ਜ਼ਰੂਰ ਲੱਗਾ ਹੋਇਆ ਜੀ ਬਾਹਰ ਪਾਣੀ ਦੀ ਜੜੀ ਹੈਗੀ ਆ ਉੱਥੇ ਲਗਾਈ ਗਈ ਆ ਪਾਣੀ ਪਲਾਉਣ ਵਾਸਤੇ ਇੱਕ ਬੰਦੇ ਨੂੰ ਬਿਠਾਇਆ ਗਿਆ ਪਰ ਜਿਹੜੀ ਜੋ ਆ ਹਾਲਾਤ ਅੰਦਰ ਕੀ ਦਾ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਜੀ ਜੋ ਪਹਿਲਾਂ ਕਦੀ ਦੇਖਣ ਨੂੰ ਨਹੀਂ ਸੀਗਾ ਮਿਲਿਆ ਤੇ ਇਹਦੇ ਨਾਲ ਨਾਲ ਅਸੀਂ ਤੁਹਾਨੂੰ ਹੋਰ ਵੀ ਮੰਡੀ ਦੇ ਕੁਝ ਦਿਖਾਵਾਂਗੇ ਕੋਈ ਆਉਂਦਾ ਤਾਂ ਉਹਨੂੰ ਪੁੱਛਾਂਗੇ ਕਿ ਕਿੱਦਾਂ ਦੇ ਪ੍ਰਬੰਧ ਨੇ ਪਰ ਹੁਣ ਸਾਨੂੰ ਮੰਡੀ ਦੇ ਵਿੱਚ ਕੋਈ ਵੀ ਕਿਸਾਨ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਸਫਾਈ ਦੀ ਮੰਦ ਹਾਲੀ ਨੂੰ ਲੈ ਕੇ ਜਦੋਂ ਅਸੀਂ ਡਿਸਟ੍ਰਿਕਟ ਮੰਡੀ ਅਫੀਸਰ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਟਾਈਮ ਤੇ ਡੇਰਾ ਬਾਬਾ ਨਾਨਕ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸੈਕਟਰੀ ਦੇ ਨਾਲ ਗੱਲ ਕਰ ਲਓ ਪਰ ਜਦੋਂ ਸੈਕਟਰੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਿਰਫ ਅੱਧਾ ਘੰਟਾ ਪਹਿਲਾਂ ਹੀ ਪਠਾਨਕੋਟ ਲਈ ਨਿਕਲ ਗਏ ਨੇ ਕਿਤੇ ਨਾ ਕਿਤੇ ਆਪਣੀ ਮੇ ਮੁੱਖ ਮੰਡੀ ਨੂੰ ਛੱਡ ਕੇ ਅਧਿਕਾਰੀਆਂ ਦਾ ਇਹਦਾ ਬਾਹਰ ਜਾਣਾ ਤੇ ਮੰਡੀ ਦੇ ਵਿੱਚ ਸਫਾਈ ਦਾ ਪੂਰਨ ਪ੍ਰਬੰਧ ਨਾ ਹੋਣਾ ਕਿਤੇ ਨਾ ਕਿਤੇ ਕਿਸ ਇਸ ਵਾਰੀ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਤੇ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਹੈਗੀ ਆ ਪੂਰਨ ਜਿਹੜੀਆਂ ਮੰਡੀ ਦੇ ਵਿੱਚ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਮਿਲਦੀਆਂ ਨੇ ਜਾਂ ਨਹੀਂ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਜੀ ਕਿ ਝੋਨਾ ਤਾਂ ਮੰਡੀ ਦੇ ਵਿੱਚ ਨਹੀਂ ਆਇਆ ਪਰ ਜਿਹੜੀ ਪੰਜਸੱਪ ਦੀ 12000 ਦੇ ਕਰੀਬ ਬੋਰੀਆ ਉਹ ਇੱਥੇ ਲੱਗੀ ਹੋਈ ਆ ਜੋ ਕਿ FCI ਵੱਲੋਂ ਚੁੱਕੀ ਜਾਣੀ ਸੀ ਪਰ ਨਹੀਂ ਚੁੱਕੀ ਗਈ ਤੇ ਨਾ ਹੀ ਅਧਿਕਾਰੀਆਂ ਵੱਲੋਂ ਇਸ ਸੀਜ਼ਨ ਨੂੰ ਧਿਆਨ ਵਿੱਚ ਰੱਖ ਕੇ ਕਿਸ ਦੀ ਕੋਈ ਤਿਆਰੀ ਕਰਵਾਈ ਗਈ ਤੇ ਇਹਨਾਂ ਨੂੰ ਚਕਾਉਣ ਲਈ ਕੋਈ ਕੋਸ਼ਿਸ਼ ਕੀਤੀ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜ਼ਰੂਰੀ ਸਹੂਲਤਾਂ ਇੱਥੇ ਚਾਹੀਦੀਆਂ ਨੇ ਉਹ ਮਿਲਦੀਆਂ ਨੇ ਜਾਂ ਨਹੀਂ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਅਜੀਤ ਵੈਬ ਟੀਵੀ ਗੁਰਦਾਸਪੁਰ ਹਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਨਾਲ ਤੇ ਮੈਂ ਹਾਂ ਗੁਰਵਿੰਦਰ ਸਿੰਘ ਉਰਾਇਆ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਝੋਨੇ ਦੀ ਫਸਲ ਹੈ ਉਹਦੀ ਖਰੀਦ 10 ਦਿਨ ਅੱਗੇ ਪਾ ਦਿੱਤੀ ਗਈ ਸੀ ਕਹਿੰਦਾ ਪਾਵਾ 1 ਅਕਤੂਬਰ ਦੀ بجائے ਜੋ 10 11 ਦਿਨ ਅੱਗੇ ਪਾ ਦਿੱਤੀ ਗਈ ਸੀ ਤੇ ਜਿਸ ਦੇ ਚਲਦਿਆਂ ਪੰਜਾਬ ਤੇ ਹਰਿਆਣੇ ਦੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਇਸ ਫੈਸਲੇ ਦਾ ਜੋ ਤਿੱਖਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਜਥੇਬੰਦੀਆਂ ਦਾ ਤਿੱਖਾ ਵਿਰੋਧ ਹੈ ਉਸ ਦੇ ਅੱਗੇ ਝੁਕਦਿਆ ਹੋਇਆ ਜੋ ਇਸ ਫੈਸਲੇ ਨੂੰ ਖੜੇ ਪੈਰ ਬਦਲਣਾ ਪਿਆ ਤੇ ਅੱਜ 3 ਤਰੀਕ ਨੂੰ ਜੋ ਖਰੀਦ ਝੋਨੇ ਦੀ ਫਸਲ ਦੀ ਹੈ ਦਾਣਾ ਮੰਡੀ ਪੰਜਾਬ ਦੀਆਂ ਨੇ ਉਹਦੇ ਵਿੱਚ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਪਰ ਇਸ ਦੇ ਬਾਵਜੂਦ ਵੀ ਜਿਵੇਂ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਜੋ ਫਸਲਾਂ ਪੱਕੀਆਂ ਹੋਈਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਖੇਤਰ ਸਰਕਰ ਪ੍ਰਾਣਾਸ਼ਾਲਾ ਦੀਆਂ ਵੱਖੋ-ਵੱਖ ਮੰਡੀਆਂ ਦੇ ਨਾਲ ਸਬੰਧਤ ਇਹ ਖੇਤਰ ਹੈ ਜਿੱਥੇ ਅਸੀਂ ਖੜੇ ਹਾਂ ਜਿਵੇਂ ਦਾਣਾ ਮੰਡੀ ਪ੍ਰਾਣਾਸ਼ਾਲਾ ਮਾਰਕੀਟ ਕਮੇਟੀ ਕਾਨੋ ਆਂਦੇ ਅਧੀਨ ਆਉਂਦੀ ਹੈ ਦਾਣਾ ਮੰਡੀ ਚੂੜਪੁਰ ਦੀ ਗੱਲ ਕਰੀਏ ਦਾਣਾ ਮੰਡੀ 100 ਵਾਲ ਦੀ ਗੱਲ ਕਰੀਏ ਤੇ ਫਸਲਾਂ ਬੇਸ਼ੱਕ ਇੱਥੇ ਬੇਟ ਖੇਤਰ ਦੇ ਵਿੱਚ ਸਲਾਬਦਾ ਏਰੀਆ ਹੋਣ ਕਰਕੇ ਫਸਲਾਂ ਜੇ ਉਹਨਾਂ ਕੋਸਾ ਤੱਕ ਨਮੀ ਚ ਨੇ ਫਸਲਾਂ ਫਸਲਾਂ ਹਰ ਸਾਲ ਹੀ ਕਰੀਬ ਇੱਕ ਹਫਤਾ ਲੇਟ ਹੁੰਦੀਆਂ ਨੇ ਪਰ ਜਿਹੜੀਆਂ ਟਾਵੀਆਂ ਟਾਵੀਆਂ ਫਸਲਾਂ ਪੱਕ ਚੁਕੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਤਪੋਖਰ 'ਚ ਖੜੇ ਆਂ ਤੇ ਸਾਡੇ ਨਾਲ ਇੱਥੋਂ ਦੇ ਜ਼ਿਮੀਂਦਾਰ ਸੁਖਵਿੰਦਰ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਤੁਸੀਂ ਤਸਵੀਰਾਂ ਦੇ ਰਹੀ ਕੰਪੈਨ ਫਿਰਦੀ ਨਜ਼ਰ ਆ ਰਹੀ ਹੈ ਫਸਲਾਂ ਪੱਕ ਕੇ ਤਿਆਰ ਨੇ ਫਸਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਜੋ ਅਜੀਤ ਦੀ ਟੀਮ ਵੱਲੋਂ ਵੱਖੋ ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ ਤੇ ਦਾਣਾ ਮੰਡੀਆਂ ਦੇ ਵਿੱਚ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਅਨਸਾਰ ਕੋਈ ਵੀ ਪ੍ਰਬੰਧ ਨਹੀਂ ਨਜ਼ਰ ਆਏ ਜਿੱਥੇ ਮੰਡੀਆਂ ਦੇ ਵਿੱਚ ਪੂਰੀ ਤਰ੍ਹਾਂ ਸੁੰਨਪਸਰੀ ਨਜ਼ਰ ਆਈ ਹੈ ਉੱਥੇ ਹੀ ਕਿਤੇ ਨਾ ਕਿਤੇ ਪ੍ਰਾਣਾਸ਼ਾਲਾ ਮੰਡੀ ਦੀ ਗੱਲ ਕਰੀਏ ਤੇ ਉੱਥੇ ਪਸ਼ੂ ਵੀ ਬੱਜੇ ਨਜ਼ਰ ਆਏ ਤੇ ਪਸ਼ੂਆਂ ਵੱਲੋਂ ਜੋ ਗੰਦਗੀ ਫਲਾਈ ਗਈ ਹੈ ਘਾਬੂਸ ਜੋ ਹੈ ਉੱਗਿਆ ਪਿਆ ਮੰਡੀਆਂ ਦੇ ਫੜਾਂ ਦੇ ਉੱਤੇ ਉਸ ਨੂੰ ਲੈ ਕੇ ਜ਼ਿੰਮੇਵਾਰ ਚਿੰਤਨ ਚਿੰਤਤ ਨੇ ਕਿ ਫਸਲਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਤੇ ਜੇ ਮੰਡੀ ਦੇ ਵਿੱਚ ਫਸਲ ਲੈ ਕੇ ਜਾਣੀ ਹੈ ਤੇ ਅੱਗੋਂ ਬੰਦ ਨਹੀਂ ਕੀਤੇ ਗਏ ਸਰਕਾਰ ਵੱਲੋਂ ਤੇ ਉਸ ਨੂੰ ਲੈ ਕੇ ਆਓ ਅਸੀਂ ਜੀਵਿੰਦਾਰ ਸੁਖਵਿੰਦਰ ਸਿੰਘ ਜਣ ਨਾਲ ਗੱਲ ਕਰ ਬਾਤ ਕਰ ਲੈਣੇ ਆ ਕਿ ਉਹ ਇਹ ਇਸ ਜੋ ਪ੍ਰਕਿਰਿਆ ਸਰਕਾਰ ਦੀ ਪ੍ਰਬੰਧ ਨੇ ਢਿੱਲੇ ਪ੍ਰਬੰਧ ਇਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਬਿਲਕੁਲ ਸਰਕਾਰ ਦੀ ਨਲਾਇਕੀ ਆ ਕਿ ਝੋਨਾ ਬਹੁਤ ਪੱਕ ਚੁੱਕਾ ਈ ਮੁੱਢੀ ਪੈ ਰਿਆ ਈ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਐ ਪਸ਼ੂ ਵੱਧੇ ਆ ਗੋਆ ਉਦਾਂ ਖਿਲ ਰਿਆ ਈ ਦੱਸੋ ਅਸੀਂ ਕਿੱਥੇ ਜਾਈਏ ਸਾਡੀ ਮਜਬੂਰੀ ਆ ਇਹਨਾਂ ਨੇ ਪਹਿਲੇ ਇੱਕ ਤਰੀਕ ਤੋਂ ਖਰੀਦਣਾ ਸ਼ੁਰੂ ਕਰਨੀ ਸੀ ਹੁਣ ਇਹਨਾਂ ਨੇ 11 ਤਰੀਕ ਕਰਤੀ ਇਹ ਬਿਲਕੁਲ ਗਲਤ ਹੈ ਉਹਨਾਂ ਕਿਸਾਨਾਂ ਦੇ ਦਬਾਅ ਥੱਲੇ ਆ ਕੇ ਦੁਬਾਰਾ ਤਿੰਤਰੀ ਕੀਤੀ ਆ ਲੇਕਿਨ ਉਹਦੇ ਵਿੱਚ ਇਹ ਆ ਵੀ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਬਹੁਤ ਪ੍ਰਿਸ਼ਟਾਚਾਰ ਹੈ ਨਾ ਸਰਕਾਰਾਂ ਦਾ ਇਹਨਾਂ ਨੂੰ ਤੁਰੰਤ ਜਲਦੀ ਤੋਂ ਜਲਦੀ ਉੱਥੇ ਮੰਡੀਆਂ ਦੇ ਵਿੱਚ ਸਫਾਈ ਕਰਕੇ ਕਿਸਾਨਾਂ ਦਾ ਝੋਨਾ ਚੁੱਕਿਆ ਜਾਵੇ ਨਹੀਂ ਤੇ ਕਿਸਾਨ ਬਹੁਤ ਪਰੇਸ਼ਾਨ ਨੇ ਕਿਸਾਨਾਂ ਦੇ ਰੋਅ ਅੱਗੇ ਸਰਕਾਰ ਝੁਕਦੀ ਨਜ਼ਰ ਆ ਰਹੀ ਹੈ ਲੇਕਿਨ ਪ੍ਰਬੰਧ ਕੋਈ ਨਹੀਂ ਹੈ ਮੰਡੀਆਂ ਦੇ ਵਿੱਚ ਜੀ ਜਿਵੀਨਦਾਰਾਂ ਦਾ ਕਹਿਣਾ ਕਿ ਜੋ ਕਿਸਾਨਾਂ ਦਾ ਤਿੱਖਾ ਵਿਰੋਧ ਹੈ ਜਿਵੇਂ ਦੱਸਿਆ ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨਾਂ ਦੇ ਵਿਰੋਧ ਦੇ ਅੱਗੇ ਸਰਕਾਰ ਨੇ ਝੁਕਦਿਆਂ ਜੋ ਹੈ ਖਰੀਦ ਜੋ ਹੈ ਅੱਜ ਦੀ ਡੇਟ ਦੇ ਵਿੱਚ 3 ਤਰੀਕ ਦੀ ਉਹਦਾ ਗਾਜ ਕਰ ਦਿੱਤਾ ਗਿਆ ਤੇ ਪ੍ਰਬੰਧਨ ਨੂੰ ਲੈ ਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਜ਼ਿਲ੍ਹਾ ਗਰਦਾਸਪੁਰ ਤੋਂ ਸਰਗਰਮ ਆਗੂ ਨੇ ਗੁਰਪ੍ਰਤਾਪ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਆਪਣੇ ਝੰਡਿਆਂ ਦੇ ਸਮੇਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀਂ ਕਿ ਟਰੈਕਟਰ ਟਰਾਲੀਆਂ ਦੇ ਉੱਪਰ ਕੰਪੈਨਾਂ ਦੇ ਉੱਪਰ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋ ਝੰਡੇ ਝੂਲਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ ਕਿ ਉਹ ਇਹ ਸਰਕਾਰ ਦੇ ਪ੍ਰਬੰਧਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਕਰਾਇਆ ਜੀ ਲਗਭਗ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਵੋਟਾਂ ਵਾਸਤੇ ਲੋਕਾਂ ਕੋਲ ਜਾਂਦੀ ਹੈ ਲੋਕਾਂ ਦੇ ਨਾਲ ਜਿਹੜੀ ਹੈ ਚੋਣ ਮੈਨੀਫੈਸਟੋ ਦੇ ਉੱਤੇ ਆਪਣਾ ਜਿਹੜਾ ਵਾਅਦਾ ਕਰਦੀ ਹੈ ਉਹਦੇ ਵਿੱਚ ਜਿਹੜਾ ਹਰ ਸਰਕਾਰ ਜਿਹੜੀ ਬਣਨਾ ਚਾਹੁੰਦੀ ਹੈ ਉਹ ਕਹਿੰਦਾ ਹਰ ਲੀਡਰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਕਿਸਾਨਾਂ ਦਾ ਬਹੁਤ ਵੱਡਾ ਹਤਾਸ਼ੀ ਆ ਤੇ ਜਿਹੜੀ ਕਿਸਾਨਾਂ ਦੇ ਨਾਲ ਸੰਬੰਧਤ ਉਹਨਾਂ ਦੀ ਸਹੂਲਤ ਵਾਲੀ ਗੱਲ ਹੈ ਤੇ ਉਹ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਇਹ ਹਰ ਜਿਹੜੀ ਆ ਆਉਣ ਵਾਲੀ ਪਾਰਟੀ ਜਿਹੜੀਆਂ ਹੁਣ ਵੀ ਆਉਣ ਵਾਲੀਆਂ ਪਾਰਟੀਆਂ ਵੀ ਇਹ ਗੱਲ ਕਹਿੰਦੀਆਂ ਤੇ ਕੇਂਦਰ ਸਰਕਾਰ ਜਿਹੜੀ ਹੈ ਸਾਡੀ ਉਹਦੇ ਵਿੱਚ ਜਿਹੜੇ ਇਸ ਟਾਈਮ ਦੇ ਨਮਾਇਦੇ ਨੇ ਉਹਨਾਂ ਨੇ ਵੀ ਸਾਡੇ ਨਾਲ ਐਡੇ ਵੱਡੇ ਵਾਅਦੇ ਕੀਤੇ 15 ਲੱਖ ਰੁਪਏ ਖਾਤਿਆਂ 'ਚ ਪਾਉਣ ਦਾ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਜਿਹੜਾ ਫਸਲ ਦਾ ਰੇਟ ਜਿਹੜਾ ਉਹ ਦੁੱਗਣਾ ਤੇ ਜਿਹੜੀ ਸੁਆਮੀਨਾਥਾ ਰਿਪੋਰਟ ਲਾਗੂ ਕਰਨ ਦੇ ਇਹ ਵੀ ਜਿਹੜੇ ਵਾਅਦੇ ਕਰਕੇ ਸਰਕਾਰਾਂ ਆਉਂਦੀਆਂ ਨੇ ਪਰੰਤੂ ਜਦੋਂ ਪ੍ਰੈਕਟੀਕਲ ਇਹਨਾਂ ਚੀਜ਼ਾਂ ਨੂੰ ਆਪਾਂ ਵੇਖਨੇ ਆ ਕਿ ਇਹ ਸਾਰਾ ਕੁਝ ਜਿਹੜਾ ਸਿਰਫ ਲੋਕਾਂ ਨੂੰ ਜਿਹੜਾ ਇੱਕ ਬੇਕੂਪ ਬਣਾਉਂਦਾ ਜਿਹੜਾ ਸਾਧਨ ਵੋਟ ਵਟੋਰਨ ਦਾ ਇੱਕ ਸਾਧਨ ਬਣਾਇਆ ਜਾਂਦਾ ਤੇ ਇਸੇ ਦੇ ਤਹਿਤ ਜਿਸ ਤਰ੍ਹਾਂ ਅੱਜ ਕਿਸਾਨਾਂ ਨੇ ਜ਼ੋਰ ਲਾ ਕੇ ਖਰੀਦ ਜਿਹੜੀ ਆ ਉਹ 3 ਤਰੀਕ ਨੂੰ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਜਿਹੜੇ ਸੰਘਰਸ਼ ਦੇ ਅੱਗੇ ਝੁੱਕ ਕੇ ਸਰਕਾਰ ਨੇ ਇਹ ਤੇ ਗੱਲ ਕਹਿ ਦਿੱਤੀ ਕਿ ਆਪਾਂ 3 ਤਰੀਕ ਨੂੰ ਜਿਹੜੀ ਐ ਖਰੀਦ ਸ਼ੁਰੂ ਕਰ ਰਹੇ ਹਾਂ ਪਰ ਖਰੀਦ ਜਿਹੜੀ ਆ ਉਹ ਸ਼ੁਰੂ ਤਾਂ ਹੀ ਹੋਏਗੀ ਜੇ ਮੰਡੀਆਂ ਵਿੱਚ ਬਾਰਦਾਨਾ ਹੋਏਗਾ ਇਨਸਪੈਕਟਰ ਆਏਗਾ ਉੱਥੇ ਆੜਤੀ ਬੈਠੇਗਾ ਸਾਰੇ ਪ੍ਰਬੰਧ ਹੋਣਗੇ ਜਿਹੜੇ ਮਾਰਕੀਟ ਕਮੇਟੀ ਪ੍ਰਬੰਧ ਕਰਦੀ ਆ ਆ ਪਾਣੀ ਦੀਆਂ ਸਹੂਲਤਾਂ ਹੋਰ ਜਿੰਨੀਆਂ ਵੀ ਸਹੂਲਤਾਂ ਨੇ ਜਦੋਂ ਸਾਰੇ ਪ੍ਰਬੰਧ ਹੋਣਗੇ ਤੇ ਫਿਰ ਉੱਥੇ ਜਿਹੜਾ ਲਾਈਟ ਦਾ ਪ੍ਰਬੰਧ ਹੋਏਗਾ ਤੇ ਫਿਰ ਕਿਸਾਨ ਜਿਹੜਾ ਉੱਥੇ ਰਾਤ ਰਹਿ ਕੇ ਆਪਣੀ ਫਸਲ ਤੇ ਜਦੋਂ ਉੱਥੇ ਮੱਡੀਆਂ ਦੇ ਵਿੱਚ ਆਪਾਂ ਦੇਖਨੇ ਆ ਤੇ ਉੱਥੇ ਕੋਈ ਵੀ ਘਾਹ ਜਿਹੜਾ ਵਾ ਉਹ ਚਾਰ-ਚਾਰ ਫੁੱਟ ਘਾਹ ਵਾ ਉੱਥੇ ਪਸ਼ੂ ਬੱਜੇ ਨੇ ਗੋਹਾ ਖਿਲਰ ਰਿਹਾ ਉਹ ਸਾਰਾ ਕੁਝ ਵੇਖ ਕੇ ਤੇ ਇਸ ਤਰ੍ਹਾਂ ਲੱਗਦਾ ਵੀ ਜਿੱਤਰਾ ਇਹ ਜਿਹੜਾ ਸਰਕਾਰਾਂ ਨੇ ਜਿਹੜਾ ਝੂਠੇ ਵਾਦੇ ਕਰਨ ਦਾ ਜਿਹੜਾ ਇਹ ਕੰਮ ਹੈ ਨਾ ਉਹ ਹੀ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਭਾਵੇਂ ਜਿਹੜੇ ਲੋਕ ਨੇ ਜਾਗਰਿਤ ਹੋ ਰਹੇ ਨੇ ਆਪਣੇ ਹੱਕਾਂ ਪ੍ਰਤੀ ਪਰ ਸਰਕਾਰਾਂ ਜਿਹੜੀਆਂ ਨੇ ਜਿਹੜੇ ਲੋਕ ਝੂਠੇ ਗਏ ਬੋਲ ਕੇ ਤੇ ਆਪਣੀ ਸਤਾਹ ਤੇ ਹੁੰਦੇ ਨੇ ਉਹ ਉਸੇ ਤਰ੍ਹਾਂ ਦਾ ਉਸੇ ਉੱਥੇ ਹੀ ਖੜੇ ਨੇ ਅਜੇ ਤੱਕ ਕਿਸਾਨ ਆਗੂਆਂ ਨੇ ਜੋ ਸਰਕਾਰ ਦੇ ਪ੍ਰਬੰਧ ਨੇ ਜਿਵੇਂ ਵੱਡੇ ਦਾਅਵੇ ਹਰ ਹਾੜੀ ਤੇ ਸੋਣੀ ਦੀ ਫਸਲ ਤੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਨੇ ਵੱਖੋ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੇ ਜਾਂਦੇ ਨੇ ਤੇ ਉਹਨਾਂ ਦੀ ਤੁਸੀਂ ਆਪਣੀ ਜ਼ੁਬਾਨੀ ਇਹਨਾਂ ਦੀ ਸੁਣਿਆ ਕਿਸਾਨ ਆਗੂਆਂ ਦੀ ਕਿ ਉਹਨਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੇ ਪ੍ਰਬੰਧਾਂ ਦੇ ਉੱਤੇ ਉਹਨਾਂ ਵੱਲੋਂ ਵੀ ਦੋਸ਼ ਲਾਏ ਜਾ ਰਹੇ ਨੇ ਕਿ ਜੋ ਵਾਅਦੇ ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਪੰਜਾਬ ਵੱਲੋਂ ਕੀਤੇ ਜਾਂਦੇ ਨੇ ਤੇ ਉਹ ਵਾਅਦਿਆਂ ਨੂੰ ਅਮਲੀ ਜਾਮਾ नहीं बनाया जांदा सो जो फसलਾਂ ਦੀ ਕਟਾਈ ਹੈ ਕਹਿੰਦਾ ਭਾਵ ਹੈ ਕੀਤੀ ਜਾ ਰਹੀ ਹੈ ਤੁਸੀਂ ਗਰਾਉਂਡ ਜੀਰੋ ਤੇ ਦੇਖ ਰਹੇ ਹੋ ਕਿ ਜੋ ਫਸਲਾਂ ਦੀ ਕਟਾਈ ਹੋ ਰਹੀ ਹੈ ਇਹਨੂੰ ਲੈ ਕੇ ਕਿਸਾਨਾਂ ਦੀਆਂ ਮੱਥੇ ਦੇ ਉੱਤੇ ਸਾਫ਼ ਚਿੰਤਾ ਦੀਆਂ ਲਕੀਰਾਂ ਜੋ ਨੇ ਉਹ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਜੋ अजीत ਦੀ ਟੀਮ ਵੱਲੋਂ ਮਾਰਕੀਟ ਕਮੇਟੀ ਕਾਹਨੋਂ ਆਂਦੇ ਜੋ ਚੇਅਰਮੈਨ ਨੇ ਜੋ ਜਸਬੀਰ ਸਿੰਘ ਢਿੰਡਸਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਫੋਨ ਚੱਕਦੇ ਆਂ ਜੋ ਜਵਾਬ ਉਹਨਾਂ ਦਾ ਮਿਲਿਆ ਕਿ ਅਸੀਂ ਜੋ ਆਪਣੇ ਸ਼ਡਿਊਲ ਦੇ ਵਿੱਚ ਬੀਜੀ ਅੱਧਾ ਪੌਣਾ ਘੰਟਾ ਠਹਿਰ ਕੇ ਇਸ ਸਬੰਧ ਦੇ ਵਿੱਚ ਗੱਲ ਕੀਤੀ ਜਾਏਗੀ ਜੇ ਇਸ ਸਬੰਧ ਦੇ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਸੰਪਰਕ ਜੋ अजीत ਦਾ ਨਹੀਂ ਬਣ ਸਕਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਇਹ ਹੈ ਕਿ ਜਿਵੇਂ ਇਹ ਕਿਸਾਨਾਂ ਆਗੂਆਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਤੇ ਮੰਡੀਆਂ ਦੇ ਵਿੱਚ ਤੁਸੀਂ ਤਸਵੀਰਾਂ ਦੇ ਰਾਈ ਵੀ ਜੋ अजीत ਵੈਬ ਦੇ ਕੈਮਰੇ ਵੱਲੋਂ ਤਸਵੀਰਾਂ ਕੈਦ ਕੀਤੀਆਂ ਗਈਆਂ ਨੇ ਉਹ ਹੱਬ ਹੋ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਬੋਲ ਰਹੀਆਂ ਨੇ ਕਿ ਪਸ਼ੂ ਜੋ ਉਹ ਬੱਜੇ ਹੋਏ ਆ ਘਾਉਗਿਆ ਫੜਾਂ ਦੇ ਉੱਪਰ ਕੋਈ ਸਬਾਈ ਨਹੀਂ ਕੋਈ ਪਾਣੀ ਦੇ ਪ੍ਰਬੰਧ ਨਹੀਂ ਕੋਈ ਲਾਈਟਾਂ ਦੇ ਪ੍ਰਬੰਧ ਨਹੀਂ ਇਸੇ ਦੇ ਹੀ ਸਵਾਲ ਬਾਰ-ਬਾਰ ਕਿਸਾਨਾਂ ਵੱਲੋਂ ਚੁੱਕੇ ਜਾ ਰਹੇ ਨੇ ਤੇ ਇਹ ਪ੍ਰਬੰਧਾਂ ਪ੍ਰਬੰਧਾਂ ਦੀ ਜੋ ਜੋ ਫੂਕ ਹੈ ਇਹ ਹਰ ਹਾੜੀ ਤੇ ਸੋਣੀ ਦੇ ਫਸਲ ਦੇ ਉੱਤੇ ਜੋ ਹਰ ਸਾਲ ਹੀ ਸਰਕਾਰਾਂ ਦੀ ਨਿਕਲਦੀ ਦਿਖਾਈ ਦਿੰਦੀ ਹੈ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ ਕਾਲੀ ਦਲ ਦੀ ਹੋਵੇ ਸਰਕਾਰ ਭਾਜਪਾ ਦੀ ਹੋਵੇ ਪਰ ਜ਼ਿਮੀਦਾਰ ਹੈ ਜ਼ਿਮੀਦਾਰਾਂ ਦੀ ਜੋ ਖੱਜਲ ਖਵਾਰੀ ਹੈ ਉਹ ਹਮੇਸ਼ਾ ਹੀ ਬਾਦਸਤੂਰ ਇਸੇ ਤਰ੍ਹਾਂ ਹੀ ਸ ਸਰਕਾਰਾਂ ਵੱਲੋਂ ਜਾਰੀ ਰੱਖੀ ਜਾਂਦੀ ਹੈ ਸੋ ਵੇਖਣਾ ਇਹ ਹੈ ਕਿ ਇਹ ਕਿਸਾਨਾਂ ਦੀ ਖੱਜਲ-ਖਵਾਰੀ ਸਰਕਾਰਾਂ ਵੱਲੋਂ ਕਦੋਂ ਰੋਕੀ ਜਾਂਦੀ ਹੈ ਸਯੋਗੀ ਕੈਮਰਾਮੈਨ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ